आज सुबह अमृतसर में थाना वल्ला को एक बड़ी कामयाबी हाथ में लगी। एक ट्रक में गो तस्कर अवैध तरीके से बरनाले से ट्रक भरकर जो कि जम्मू की तरफ जा रहा था, एनिमल ह्यूमन टीम और हिंदू जागृति मंच की तरफ से राहिल सेठ और उनकी सारी टीम ने इसकी अगुवाई की, जिसमें उन्होंने ट्रक नंबर UP 790949 इस ट्रक में चोरों से लेकर 16 गांव वंशज पाए गए जिनकी तस्करी की जा रही थी। पुलिस की सहायता से इनको पकड़ा गया। इनके साथ में एक शिफ्ट डिजायर गाड़ी को भी पकड़ा गया जो इनका पायलट के रूप में काम कर रही थी। शिफ्ट गाड़ी का नंबर UP 12AY 7951 गाड़ी का रंग सफ़ेद। 3 लोग गाड़ी में और 3 लोग ट्रक में पकड़े गए। 120B शिफ्ट गाड़ी के ऊपर 1960 एनिमल एक्स सेक्शन 8 और सेक्शन 11 की धारा लगाकर पर्चा दर्ज कर लिया गया है। मेरा नाम राहिल है जी। मैं एनिमल ह्यूमेन NGO तो ते हिंदू जागृति मंच का प्रेजिडेंट भी हाँ अमृतसर तो। सानू राती एक इतला मिली सी कि एक ट्रक फिर अमृतसर वाया कश्मीर जा रहा है जो बरनाले दे कोलो किसी पिंड तो लोड होया, उदा पीछा कर रही सी कि एक साड़ी टीम जिहड़े साढ़े हिंदू जागृति मंच के हैड ने ते पंजाब दे प्रेस रिपोर्टर ने राणा जी, ਉਹਨਾਂ ਦੀ ਇਨਫੋਰਮੇਸ਼ਨ ਦੇ ਨਾਲ ਹੀ ਅਸੀਂ ਇੱਥੇ ਬੈਰੀਗੇਟਸ ਲਗਾ ਕੇ ਵੇਟ ਕਰ ਰਹੇ ਸੀਗੇ। ਸਾਨੂੰ ਉਸ ਵੇਲੇ ਤਾਂ ਕੋਈ ਹੈਲਪ ਨਹੀਂ ਪ੍ਰੋਵਾਈਡ ਕੀਤੀ ਗਈ ਪੁਲਿਸ ਵੱਲੋਂ। ਅਸੀਂ ਕਾਫੀ ਦੇਰ ਇੱਥੇ ਵੇਟ ਕਰਕੇ ਖੁਦ ਹੀ ਬੈਰੀਗੇਟਸ ਲਗਾਏ ਆ, ਜਿਸ ਵੇਲੇ ਸਾਨੂੰ ਪਤਾ ਲੱਗਾ ਕਿ ਅੰਮ੍ਰਿਤਸਰ ਬੱਸ ਐਂਟਰ ਕਰ ਰਹੀ ਆ। ਟਰੱਕ ਦੇ ਨਾਲ ਇੱਕ ਪਾਇਲਟ ਗੱਡੀ ਸੀ, ਸਵਿਫਟ ਡਿਜ਼ਾਇਰ UP 12, ਜੋ ਇਹਨਾਂ ਨੂੰ ਪ੍ਰੋਪਰ ਵੇ ਨਾਲ ਗਾਈਡ ਕਰ ਰਹੀ ਸੀ ਕਿ ਰਸਤਾ ਕਲੀਅਰ ਹੈ, ਨਾਕਾ ਹੈ ਜਾਂ ਨਹੀਂ ਹੈ। ਕਿਉਂਕਿ ਅਸੀਂ ਜਿਸ ਵੇਲੇ ਇਹਨੂੰ ਟਰੱਕ ਨੂੰ ਪਕੜਿਆ, ਪਹਿਲੇ ਪਾਇਲਟ ਗੱਡੀ ਅਸੀਂ ਰੋਕੀ ਆ, ਅਤੇ ਇਹਨਾਂ ਨੇ ਬਾਅਦ ਦੇ ਵਿੱਚ ਇੱਕ ਆਪਣਾ ਸਾਡੇ ਸਾਹਮਣੇ ਕਬੂਲ ਵੀ ਕੀਤਾ ਕਿ ਹਾਂਜੀ ਜੀ ਅਸੀਂ ਇੱਕ ਦੂਜੇ ਨੂੰ ਫੋਨ 'ਤੇ ਇਨਫੋਰਮੇਸ਼ਨ ਦੇ ਰਹੇ ਸੀਗੇ, ਅਤੇ ਉਹ ਮੇਰੇ ਕੋਲ ਰਿਕਾਰਡ ਹੈ। ਬਟ ਹੁਣ ਮੇਨ ਗੱਲ ਇਹ ਹੈ ਕਿ ਪੁਲਿਸ ਆਪਣਾ ਕੰਮ ਕਿੱਦਾਂ ਨਿਭਾਉਂਦੀ ਹੈ ਅਸੀਂ ਉਹ ਦੇਖਣਾ ਚਾਹੁੰਦੇ ਹਾਂ, ਕਿਉਂਕਿ ਇਹ ਦੂਜਾ ਟਰੱਕ ਆ ਇਸੀ ਹਫ਼ਤੇ ਦੇ ਵਿੱਚ ਹੀ। ਪੁਲਿਸ ਵੱਲੋਂ ਉਸ ਵੇਲੇ ਕੋਈ ਨਹੀਂ ਮਿਲੀ, ਜਿਸ ਵੇਲੇ ਅਸੀਂ ਨਾਕਾ ਲਗਾ ਚੁੱਕੇ ਸੀਗੇ, ਸਾਨੂੰ ਤਦ ਇਹਨਾਂ ਵੱਲੋਂ ਮੁਲਾਜ਼ਮ ਆਏ ਨੇ ਤਦ ਸਾਡੀ ਹੈਲਪ ਵਾਸਤੇ। ਅਸੀਂ ਤਾਂ ਟਰੱਕ ਇਕੱਲੇ ਹੀ ਰੋਕਿਆ ਸੀ। ਦੇਖੋ, ਸ਼ਰਾਬ ਦੀ ਬੋਤਲ, ਕੋਈ ਹੋਰ ਨਸ਼ੇ ਦਾ ਸਮਾਨ ਚੰਡੀਗੜ੍ਹ ਹੋਵੇ, ਕਿਤੋਂ ਵੀ ਹੋਵੇ, ਜੇ ਅੰਮ੍ਰਿਤਸਰ ਤੱਕ ਐਂਟਰ ਕਰਦਾ ਤਾਂ ਇੱਥੇ ਕਈ ਚੈੱਕ ਪੋਸਟਾਂ 'ਤੇ ਪਕੜਿਆ ਜਾਂਦਾ, ਉਹਦੇ 'ਤੇ ਪਰਚਾ ਵੀ ਹੋ ਜਾਂਦਾ। ਅਤੇ ਇਹ ਤਾਂ ਐਡੀਆਂ ਐਡੀਆਂ ਵੱਡੀਆਂ ਗਾਵਾਂ ਵੇ ਜਿਨ੍ਹਾਂ 'ਤੇ ਕੋਈ ਕਿਤੇ ਰਸਤੇ 'ਚ ਰੋਕਿਆ ਨਹੀਂ ਗਿਆ, ਕਿਤੇ ਵੀ ਇਹਨਾਂ ਨੂੰ ਨਾਕੇ 'ਤੇ ਨਹੀਂ ਖਿਲਾਰਿਆ ਗਿਆ। ਜਿੱਥੇ ਚੈਕਿੰਗ ਹੋਈ ਹੈ ਇਹ ਉੱਥੇ ਪੈਸੇ ਦੇ ਕੇ ਨਿਕਲ ਆਉਂਦੇ ਆ। ਅਤੇ ਇਹ ਜਦੋਂ ਤੁਹਾਨੂੰ ਇਹ ਇਨਫੋਰਮੇਸ਼ਨ ਬਰਨਾਲੇ ਤੋਂ ਮਿਲੀ ਸੀ, ਹਾਂਜੀ, ਆਪਾਂ ਰਸਤੇ ਵਿੱਚ ਕਿਤੇ ਨਹੀਂ ਇਹਨਾਂ ਨੂੰ ਰੋਕ ਸਕੇ? ਕਿਤੇ ਵੀ ਨਹੀਂ ਜੀ ਰੋਕ ਸਕੇ। ਆਪਾਂ ਕਿਉਂ ਨਹੀਂ ਰੋਕ ਸਕਦੇ? ਕਿਉਂਕਿ ਸਰ ਸਾਡੇ ਨਾਲ ਉੱਥੇ ਕੋਈ ਪੁਲਿਸ ਕੋਆਪਰੇਟ ਨਹੀਂ ਕਰਦੀ, ਸਪੋਰਟ ਨਹੀਂ ਸੀਗੀ ਉੱਥੇ। ਜਿਹੜੇ ਇਹ ਏਰੀਏ ਦਿਹਾਤੀ ਪੁਲਿਸ ਜਿਹੜੀ ਰਸਤਿਆਂ ਦੇ ਵਿੱਚ ਆਉਂਦੀ ਹੈ, ਉਹਨਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਈਵਨ ਇਹਨਾਂ ਨੇ ਦੋ ਜਗ੍ਹਾ ਬੈਰੀਗੇਟ ਵੀ ਤੋੜੇ ਹੈ। ਇਹ ਗੱਡੀ ਨਹੀਂ ਇਹਨਾਂ ਨੇ ਸਲੋਅ ਕੀਤੀ, ਜੋ ਸਾਡੀ ਬੈਕਅਪ ਟੀਮ ਸੀਗੀ ਜਿਹੜੀ ਇਹਨਾਂ ਦੇ ਮਗਰ ਟਰੇਸ ਕਰ ਰਹੀ ਸੀਗੀ ਇਹਨਾਂ ਨੂੰ, ਉਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਨੇ ਜੀ ਦੋ ਬੈਰੀਗੇਟ ਵੀ ਉਡਾ ਤੇ ਆ, ਇਹਨਾਂ ਨੇ ਗੱਡੀ ਨਹੀਂ ਸਲੋਅ ਕੀਤੀ। ਅਤੇ ਉਸ ਤੋਂ ਬਾਅਦ ਵੀ ਕੀ ਪੁਲਿਸ ਦਾ ਇੰਨਾ ਬਾਂਦਾ ਨਹੀਂ ਸੀਗਾ ਕਿ ਇਹਨਾਂ ਨੂੰ ਉੱਥੇ ਕੰਟਰੋਲ ਕੀਤਾ ਜਾਂਦਾ ਜਾਂ ਉਹ ਜਿਸ ਏਰੀਏ 'ਚ ਕ੍ਰੋਸ ਕਰ ਰਹੇ ਹੈ ਅਤੇ ਅੱਗੇ ਇਹਨਾਂ ਨੂੰ ਨਾਕਾ ਲਾ ਕੇ ਪਕੜਿਆ ਜਾਂਦਾ? ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ? ਇਸ ਵਾਰ ਨਹੀਂ ਦਿੱਤਾ, ਇਸ ਵਾਰ ਇਹਨਾਂ ਕੋਲ ਜੀ ਬੈਕਅਪ ਵਾਸਤੇ ਫੋਰਸ ਨਹੀਂ ਸੀਗੀ। ਸਾਨੂੰ ਡਾਊਟ ਸੀ ਕਿ ਇਹਨਾਂ ਕੋਲ ਹਥਿਆਰ ਹੈ। ਹੁਣ ਰੱਬ ਜਾਣੇ ਅੰਦਰ ਪੁਲਿਸ ਨਾਲ ਜੋ ਉਹਨਾਂ ਦੀ ਗੱਲਬਾਤ ਹੋਈ ਜਾਂ ਉਹਨਾਂ ਨੇ ਇੰਟੈਰੋਗੇਟ ਕੀਤਾ, ਉਸ ਤੋਂ ਬਾਅਦ ਦਾ ਤਾਂ ਨਹੀਂ ਸਾਨੂੰ ਪਤਾ ਨਿਕਲਿਆ ਜਾਂ ਨਹੀਂ ਨਿਕਲਿਆ, ਸਾਡੀ ਗੱਲ ਨਹੀਂ ਹੋਈ। ਤੇ ਸਰ ਇਹਦੇ 'ਚ ਕੀ ਆਪਣਾ ਪ੍ਰਸ਼ਾਸਨ ਦੇ ਨਾਲ ਕੀ ਸਮਝਦੇ ਜਿਹੜਾ ਕਿ ਆਪਣਾ ਇੱਥੇ ਚੱਲਦਾ ਆ ਰਿਹਾ ਅਤੇ ਨਾ ਕਿ ਇਹਦੀ ਚੈਕਿੰਗ? ਬਿਲਕੁਲ ਜੀ, ਅਸੀਂ ਇਹੀ ਸਮਝਦੇ ਹਾਂ ਕਿ ਪ੍ਰਸ਼ਾਸਨ ਦਾ ਬਹੁਤ ਵੱਡਾ ਇੱਕ
कह सकते हो हाथ है कमी है जिदे करके इनू सारा पंजाब है घूम लेंगे है ट्रक वाले। इस तो पहले 7 ट्रक निकल चुके हैं। ये बंदा अगे भी ट्रक लैके जाता अज घेरिया गया तो जिहड़े साढ़े काबू नहीं आए या जिदा के रिगार्डिंग सानू नहीं पता वो तो बेचारे मास के वास्ते कट्टे गए। दूसरा तुम कह रहे थे ये रेकिंग की थी है। हाँ जी सर उतों की कोई फायदा नहीं गा क्योंकि सारे का सारा पिंड रलिया होंगे। एक्चुअली होंगे की है जिसले इन्होंने सपोर्ट ही नहीं मिली इन्होंने सपोर्ट नहीं मिली बाहर जाके जिथे ओदी है गावं लोड होंगे ये उत्थे पिंड दे विच अनाउंसमेंट करते हैं उन्होंने दसिया जाता है कि असी मंडी चले हैं इन्हों वेचन तुसी कोई भी गां वंश देख लो या गां देख लो कोई भी वीक नहीं है बहुत हेल्दी गावां है देसी गावां फड़ियां अज बहुत ज़्यादा हेल्दी है। ये मसला इदा है जी अपने को सुबह ना राहुल सेठ हिंदू जागृति का प्रधान वो मेरे को आया भी इधर एक ना ट्रक गऊं लद के आ रहा बाईपास रहे जो जम्मू नू जाना ये अगे अगे एक कार भी आ रही है उहदे विच वखरे बंदे बैठे आ वो उन्हां दे साथी आ ते इन्होंने जम्मू जाके गावां नू हला करना इन्हां नू डक्किया जाए अभी इन्हां दे नाल जाके उत्थे खड़ गया मैं उस वेले थोड़े देर बाद ही अहीं परचा दे के ते उस उधरों ट्रक आ गया कार आ गई डक ली है ये कुल 6 बंदे है जी। हाँ जी वो वखरा परचा दिता है नहीं ये इन्हों का उन्होंने कोई संपर्क नहीं गा ये हम वेरीफाई फिर भी कर लाँगे अभी पहला बरनाले तो आ रहे थे ट्रक विचो 3 बंदे आ एक ड्राइवर सी 2 कैलेंडर आ 3 बंदे आ 14 वा बल्द बल्द गया देख लेने कोई हथियार नहीं कोई चीज़ नहीं निकली कोई हथियार नहीं कोई ना 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 ट्रक वाले को ना कार वाले को कोई चीज़ नहीं बाकी अं वेरीफाई कर लेने किस तरह नाल किस तरह।